दोस्तों साडे स्टूडियो च अज पहुंचे ने गुरमंत गरेवाल साहब सरी तो आए हैं साडे शहर विच। सब तो पहले तो जी आया गरेवाल साहब, धन्यवाद। ते तुहानू ते तुहाडे सारे दर्शकों बड़े आदर प्यार सत्कार नाल सत श्री अकाल। हाँ जी गरेवाल साहब, तुसी कैनेडा कदों आए? तो मैनू जितों तक याद, एक दफ़ा मैं इंटरव्यू भी किया सी तुहानू दिल्ली पंजाब भवन दे विच, चिर हो गया काफ़ी। उदों तुसी मैंबर पार्लीमेंट सी, ये जिहड़ा इत्थों दा ਤੁਹਾਡਾ ਰਾਜਨੀਤਿਕ ਸਫ਼ਰ ਆ ਉਹ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਸ਼ੋਰ, ਮੈਂ ਐਕਚੁਅਲੀ ਪੋਲੀਟੀਸ਼ੀਅਨ ਤਾਂ ਨਹੀਂ ਸੀ, ਮੇਰਾ ਜਿਹੜਾ ਪਾਸਟ ਐਕਸਪੀਰੀਅੰਸ ਆ ਬਿਜ਼ਨਸ ਮੈਨੇਜਮੈਂਟ ਦਾ ਸੀ, ਅਤੇ ਯੂਨੀਵਰਸਿਟੀ 'ਚ ਪ੍ਰੋਫੈਸਰ ਦਾ ਸੀ ਬਿਜ਼ਨਸ ਮੈਨੇਜਮੈਂਟ। ਮੈਂ ਇੱਕ ਅਮੈਰੀਕਨ ਯੂਨੀਵਰਸਿਟੀ ਸੀ ਲਾਇਬ੍ਰੇਰੀਆ, ਉੱਥੇ ਪੜ੍ਹਾਉਂਦਾ ਸੀ। ਉਸ ਤੋਂ ਪਹਿਲਾਂ ਮੈਂ ਮਲਟੀਨੈਸ਼ਨਲ ਕੰਪਨੀਜ਼ ਲਈ, ਵੱਡੀਆਂ ਕੰਪਨੀਆਂ ਦੇ ਲਈ ਮੈਨੇਜਮੈਂਟ ਦੀਆਂ ਜੋਬਸ ਕੀਤੀਆਂ ਨੇ। ਸ਼ੁਰੂ ਦੇ ਵਿੱਚ ਮੈਂ DCM ਤੋਂ ਸ਼ੁਰੂ ਕੀਤਾ ਸੀ, ਦਿੱਲੀ ਕਲੋਥ ਮਿਲ, ਉਹਨਾਂ ਦੇ 54 ਡਿਵੀਜ਼ਨ ਨੇ। ਮੈਂ ਸ਼੍ਰੀ ਰਾਮ ਫਰਟੀਲਾਈਜ਼ਰ ਕੈਮੀਕਲ ਦੇ ਵਿੱਚ ਸੀ, ਫਿਰ ਇੱਕ ਬ੍ਰਿਟਿਸ਼ ਕੰਪਨੀ ਸੀ ਉਹਨਾਂ ਦੇ ਲਈ ਮੈਂ ਨਾਰਦਰਨ ਇੰਡੀਆ ਦਾ ਮੈਨੇਜਰ ਸੀ। ਫਿਰ ਹੌਲੀ ਹੌਲੀ ਅਫਰੀਕਾ ਜਾ ਕੇ, ਅਤੇ ਅਫਰੀਕਾ ਤੋਂ ਕੈਨੇਡਾ ਦਾ ਸਫ਼ਰ ਆ ਜਿਹੜਾ, ਜੇ ਸ਼ੋਰਟ ਦੇ ਵਿੱਚ ਦੱਸਾਂ ਤਾਂ ਕਾਫੀ ਕੁਛ ਐਕਸਪੀਰੀਅੰਸ ਗੇਨ ਹੋਇਆ। ਕੈਨੇਡਾ ਦੇ ਵਿੱਚ ਮੈਂ 91 'ਚ ਆਇਆ, ਅਤੇ ਆ ਕੇ ਇੱਥੇ ਬਾਕੀ ਲੋਕਾਂ ਦੀ ਤਰ੍ਹਾਂ ਮੈਨੂੰ ਵੀ ਸਟਰਗਲ ਕਰਨਾ ਪਿਆ, ਕਿਉਂਕਿ ਜਦੋਂ ਕੋਈ ਵਿਅਕਤੀ ਕੈਨੇਡਾ ਦੇ ਵਿੱਚ ਆਉਂਦਾ ਤਾਂ ਉਹਦੀ ਪੁਰਾਣੀ ਐਕਸਪੀਰੀਅੰਸ ਅਤੇ ਪੜ੍ਹਾਈ ਦੀ ਵੈਲਿਊ ਓਨੀ ਨਹੀਂ ਮਿਲਦੀ ਜਿੰਨੀ ਹੋਣੀ ਚਾਹੀਦੀ ਹੈ। ਜੇ ਆਪਾਂ ਇਹ ਕਹਿ ਲਈਏ ਕਿ ਘੋੜੇ ਅਤੇ ਗਧੇ ਬਰਾਬਰ ਹੋ ਜਾਂਦੇ ਨੇ ਤਾਂ ਉੱਥੋਂ ਤੱਕ ਨੌਬਤ ਪਹੁੰਚ ਜਾਂਦੀ ਹੈ। ਤੁਹਾਡਾ ਜਿਹੜਾ ਐਨਰਿਚਡ ਐਕਸਪੀਰੀਅੰਸ ਹੈ ਉਹਨੂੰ ਕੰਸਿਡਰ ਨਹੀਂ ਸੀ ਕਰਦੇ, ਕਿਉਂਕਿ ਫੋਰਨ ਕ੍ਰੈਡੈਂਸ਼ੀਅਲਸ ਰੈਕੋਗਨਾਈਜ਼ ਨਹੀਂ ਸੀ ਕਰਦੇ। ਅਤੇ ਸਟਰਗਲ ਤੋਂ ਬਾਅਦ ਫਿਰ ਮੈਂ 5 ਸਾਲ 8 ਮਹੀਨਿਆਂ ਬਾਅਦ ਕੈਨੇਡਾ ਦੀ ਸਿਆਸਤ ਦੇ ਵਿੱਚ, ਕੈਨੇਡਾ ਦੀ ਪਾਰਲੀਮੈਂਟ ਵਿੱਚ ਇਲੈਕਟ ਹੋਇਆ। 1997 ਜੂਨ ਦੇ ਵਿੱਚ ਮੇਰੀ ਪਹਿਲੀ ਵਾਰੀ ਵਿਨ ਹੋਈ ਹੈ ਸੀਟ, ਅਤੇ ਇਲੈਕਸ਼ਨ ਦੇ ਵਿੱਚ ਮੈਂ ਪਾਰਟੀਸਪੇਟ ਕੀਤਾ ਸੀ। ਸੋ ਰਿਫੋਰਮ ਪਾਰਟੀ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਚੁਣਿਆ ਗਿਆ। ਉਸ ਤੋਂ ਬਾਅਦ ਪਾਰਟੀ ਦੇ ਵਿੱਚ ਬਹੁਤ ਮਿਹਨਤ ਕੀਤੀ, ਮਿਹਨਤ ਕਰਨ ਦੇ ਨਾਲ ਨਾਲ ਐਕਚੁਅਲੀ ਇਨੋਵੇਟਿਵ ਵੀ ਸੀ ਮੈਂ, ਕਾਫੀ ਨਵੀਆਂ ਚੀਜ਼ਾਂ ਲੈ ਕੇ ਆਉਂਦੀਆਂ ਕੈਨੇਡਾ ਦੇ ਵਿੱਚ। ਇਸ ਪੋਲੀਟੀਕਲ ਪਾਰਟੀ ਜਿਹਨੂੰ ਕਾਫੀ ਹੱਦ ਤੱਕ ਰੇਸਿਸਟ ਪਾਰਟੀ ਸਮਝਿਆ ਜਾਂਦਾ ਸੀ, ਉਸ ਪਾਰਟੀ ਦੇ ਵਿੱਚ ਇਹਨਾਂ ਦੀਆਂ ਪਾਲਿਸੀਜ਼ ਚੇਂਜ ਕਰਾਉਣ ਦੇ ਵਿੱਚ ਮੈਂ ਬਹੁਤ ਭੂਮਿਕਾ ਨਿਭਾਈ ਹੈ। ਇੱਥੇ ਤੱਕ ਵੀ ਕਹਿਣਾ ਇਹ ਗਲਤ ਨਹੀਂ ਹੈ ਕਿ ਮੈਂ ਸਿੰਗਲ ਹੈਂਡਡਲੀ ਇਹਨਾਂ ਦੀਆਂ ਪਾਲਿਸੀਜ਼ ਚੇਂਜ ਕਰਵਾਈਆਂ ਨੇ। ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ 50 ਦੇ ਕਰੀਬ ਮੈਂ ਬਿੱਲ ਪੇਸ਼ ਕੀਤੇ ਨੇ, ਅਤੇ 338 MPs 'ਚੋਂ ਸਾਰਿਆਂ ਨਾਲੋਂ ਵੱਧ ਮੇਰੀਆਂ ਸਪੀਚਾਂ ਹੁੰਦੀਆਂ ਸੀ ਪਾਰਲੀਮੈਂਟ ਦੇ ਵਿੱਚ। ਇੱਥੋਂ ਤੱਕ ਕਿ ਫਿਰ ਸਟੀਫਨ ਹਾਰਪਰ ਜਿਹੜੇ ਕੰਸਰਵੇਟਿਵ ਪਾਰਟੀ ਦੇ ਲੀਡਰ ਸੀ, ਉਹਨਾਂ ਨੇ ਮੈਨੂੰ ਇੱਕ ਸਰਪ੍ਰਾਈਜ਼ ਸਟੇਟਮੈਂਟ ਦਿੱਤੀ, ਅਤੇ ਆਰਨ ਮੈਨ ਆਫ ਕੈਨੇਡੀਅਨ ਪਾਰਲੀਮੈਂਟ ਵੀ ਉਹਨਾਂ ਨੂੰ ਕਹਿਣਾ ਪਿਆ ਮੇਰੇ ਕੰਮਾਂ ਦੇ ਆਧਾਰ ਦੇ ਉੱਤੇ। ਅਤੇ ਕਈ ਤਰ੍ਹਾਂ ਦੇ ਮੈਂ ਪੋਰਟਫੋਲੀਓ ਮੈਨੂੰ ਮਿਲੇ ਨੇ, ਮੈਂ ਡੈਪਟੀ ਹਾਊਸ ਲੀਡਰ ਸੀਗਾ, ਪਹਿਲਾ ਵਿਜ਼ੀਬਲ ਮਾਈਨੋਰਿਟੀ ਇੱਦਾਂ ਦੀ ਪੋਜੀਸ਼ਨ ਦੇ ਲਈ। ਫਿਰ ਹਾਊਸ ਆਫ ਕਾਮਨ ਦੇ ਵਿੱਚ ਬੜੀਆਂ ਕਮੇਟੀਆਂ ਦੇ ਵਿੱਚ ਮੈਂ ਮੈਂਬਰ ਰਿਹਾ। ਉਹਨਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਕਮੇਟੀ ਸੀ ਸਕਰੂਟਨੀ ਆਫ ਰੈਗੂਲੇਸ਼ਨਸ ਦੀ, ਇਹ ਇੱਕ ਜੁਆਇੰਟ ਕਮੇਟੀ ਆ ਹਾਊਸ ਅਤੇ ਸੈਨੇਟ ਦੀ, ਉਹਦਾ ਮੈਂ ਚੇਅਰਮੈਨ 7 ਵਾਰੀ ਰਿਹਾ। ਅਤੇ ਜਿਹੜੇ ਮੈਨੂੰ ਪੋਰਟਫੋਲੀਓ ਮਿਲੇ ਨੇ, ਸ਼ੈਡੋ ਮਿਨਿਸਟਰ ਫੋਰਨ ਅਫੇਅਰ ਦਾ, ਮਲਟੀਕਲਚਰਲਿਜ਼ਮ ਦਾ, ਰੈਗੂਲੇਟਰੀ ਰਿਫੋਰਮ ਦਾ, ਏਸ਼ੀਆ ਪੈਸੀਫਿਕ ਦਾ ਪੋਰਟਫੋਲੀਓ ਇਸ ਮੇਰੇ ਕੋਲ, ਡੈਪਟੀ ਸ਼ੈਡੋ ਮਿਨਿਸਟਰ ਹੈਲਥ ਦਾ, ਟਰਾਂਸਪੋਰਟੇਸ਼ਨ ਦਾ, ਹੈਰੀਟੇਜ ਦਾ, ਮਲਟੀਕਲਚਰਲਿਜ਼ਮ ਦਾ, ਇੱਦਾਂ ਦੇ ਕਈ। ਸੋ ਇਸ ਤਰ੍ਹਾਂ ਦਾ ਮੇਰਾ ਪੋਲੀਟੀਕਲ ਸਫ਼ਰ ਰਿਹਾ। ਆਪਣੇ ਇਸ ਰਾਜਨੀਤਿਕ ਸਫ਼ਰ ਦੌਰਾਨ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਉਹ ਬਿਲਕੁਲ ਸਾਰੇ ਲੋਕਾਂ ਨੂੰ ਦਿਸਦੀਆਂ ਨੇ, ਹੈ ਵੀ ਨੇ ਸਾਹਮਣੇ, ਤਾਂ ਬਹੁਤ ਵਧੀਆ ਗੱਲ ਆ। ਅਤੇ ਹੁਣ ਅੱਜ ਕੱਲ੍ਹ ਕੀ ਸਰਗਰਮੀਆਂ ਨੇ, ਰਾਜਨੀਤਿਕ ਸੇਵਾਵਾਂ ਨਿਭਾਉਣ ਤੋਂ ਬਾਅਦ ਕੀ ਕਰ ਰਹੇ ਹੁਣ? ਦੇਖੋ, ਮੈਂ ਇਸ ਵੇਲੇ ਐਕਟਿਵ ਪੋਲੀਟਿਕਸ ਦੇ ਵਿੱਚ ਨਹੀਂ ਹੈਗਾ, ਰਾਦਰ ਬਿਜ਼ਨਸ ਦੇ ਵਿੱਚ ਹਾਂ। ਅਤੇ ਪਰ ਪੋਲੀਟਿਕਸ ਦੀ ਜੇ ਮੈਂ ਗੱਲ ਕਰਾਂ ਤਾਂ ਮੈਂ ਬਾਹਰੋਂ ਬੈਠ ਕੇ ਬਹੁਤ ਕੁਛ ਲਰਨ ਕੀਤਾ। ਜਦੋਂ ਤੁਸੀਂ ਸਿਸਟਮ ਦਾ ਪਾਰਟ ਹੁੰਦੇ ਹੋ ਦੈਨ ਯੂ ਲੁੱਕ ਫਰੋਮ ਇਨਸਾਈਡ ਦਾ ਬੋਕਸ, ਜਦੋਂ ਬਾਹਰ ਬੈਠਦੇ ਹੋ ਫਿਰ ਦੈਨ ਯੂ ਸੀ ਆਊਟਸਾਈਡ ਦਾ ਬੋਕਸ। ਉਹਦੇ ਕਰਕੇ ਫਿਰ ਮੈਂ ਇਹ ਬਿਲੀਵ ਕਰਦਾ ਕਿ ਮੈਂ ਜਿਹੜਾ ਪੁਰਾਣਾ ਐਕਸਪੀਰੀਅੰਸ ਸੀ ਉਹਨੂੰ ਕੈਪੀਟਲਾਈਜ਼ ਬਹੁਤ ਕਰ ਰਿਹਾ। ਮੈਂ ਕੁਛ TV ਦੇ ਪ੍ਰੋਗਰਾਮ ਵੀ ਕਰਦਾ, ਲੋਕਾਂ ਨੂੰ ਅਵੇਅਰ ਕਰਦਾ ਇੱਕ ਸੋਸ਼ਲ ਸਰਵਿਸ ਸਮਝ ਕੇ, ਕਿ ਜੇ ਮੇਰਾ ਕੋਈ ਨੌਲੇਜ ਜਾਂ ਐਕਸਪੀਰੀਅੰਸ ਆ ਲੋਕਾਂ ਦੇ ਨਾਲ ਸ਼ੇਅਰ ਕਰਾਂ। ਅਤੇ ਇਹ ਤੋਂ ਬਿਨਾਂ ਜਿਹੜਾ ਜਦੋਂ ਮੈਂ ਮੈਂਬਰ ਆਫ ਪਾਰਲੀਮੈਂਟ ਸੀ ਤਾਂ ਉਸ ਟਾਈਮ 'ਤੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕਮੇਟੀ ਦਾ ਮੈਂ ਮੈਂਬਰ ਰਿਹਾ। ਮੇਰੇ ਵਾਈਫ ਵੀ ਮੈਂਬਰ ਆਫ ਪਾਰਲੀਮੈਂਟ 4 ਟਰਮਾਂ ਰਹੇ ਨੇ, ਉਹ ਵੀ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਕਮੇਟੀ ਦੇ ਮੈਂਬਰ ਰਹੇ ਨੇ। ਇਸ ਤੋਂ ਇਲਾਵਾ
मेरे को तकरीबन 16,000 के करीब इमीग्रेशन फाइलां सीगियां ड्यूरिंग मेरे टेन्योर दे ते लोकां दी काफ़ी मदद की है इमीग्रेशन के लिए वीजिया के लिए जड़े औखे औखे केस से उन्होंने नजिठण की कोशिश की है तो यह एक्सपीरियंस ही जड़ा इतों तक कि दिल्ली हाई कमीशन जो करप्शन से उन्होंने रोकने के लिए इस्लामाबाद करप्शन रोकने लिए चंडीगढ़ कौंसुलेट ऑफिस की परमिशन लैके दी है मैं कैनेडियन गवर्नमेंट को तो इतों इलावा जड़े इमीग्रेशन के केसिस लोगों के रिजैक्ट होए होंगे सी उन्होंने रादर दैन गोइंग थ्रू द प्रोसैस सिस्टमैटिक तरीके दे नाल पास कराने वधिया लोगों की मदद करनी ये मेरी एक फितरत रही है। सो उसे नू कैपिटलाइज करते हुए मैं ये रियलाइज़ किया कि कैनेडा एक मल्टीकल्चरल कंट्री है ये इमीग्रेशन की बहुत लोड़ है तो रहेगी भी जे असी वर्किंग क्लास लोगों वाल देखिए कैनेडा दे विच कुछ साल पहला 8 बंदे काम करते एक बंदा रिटायर होंदा सी हौली हौली वह 6, 7, 5, 4 इस वेले तकरीबन 3 तो घट बंदे काम करते हैं तो एक बंदा रिटायर हो रहा तकरीबन 5 लाख लोग एक साल के रिटायर हो जाते हैं कैनेडा च। कैनेडा की पॉपुलेशन तो घट है भावें असी दुनिया का सैकेंड लार्जेस्ट कंट्री हैं एरिया वाइज पॉपुलेशन वाइज असी बहुत घट पॉपुलेशन है साड़ी डेंसिटी बहुत लो है 90% पॉपुलेशन कैनेडा की 90 किलोमीटर का अमेरिका का बॉडर उत्थे तक ही सीमित है बाकी सारा कंट्री फ्री पे है। यदा मतलब कि एक तो वर्करस की तो रिटायरीज की रेशो नंबर 2 तो साडा कंट्री वड्डा पॉपुलेशन घट है नंबर 3 साडी जिहड़ी पॉपुलेशन की ग्रोथ है वह बड़ी घट है वह इमीग्रेशन करके ही ग्रोथ होंदी है क्योंकि बर्थ रेट है जिहड़ा फर्टिलिटी रेट है बहुत लो है। सो बर्थ रेट घट है पॉपुलेशन ग्रो नहीं कर रही तो वर्करस की लोड़ है साढ़े को नैचुरल रिसोर्स बहुत ने कैनेडा दे विच एक्सप्लोइट करना जां उन्होंने यूज़ करना तो एक महत्वपूर्ण कंट्री होने करके साढ़े बाकी देशों के नाल रिलेशनशिप बड़े वधिया ने उन्होंने कैपिटलाइज करना। सो इन सारी चीज़ों वाल जब देखते हैं तो इदा लग रहा कि कैनेडा दे विच इमीग्रेशन जिहड़ी बरकरार रहनी है तो पर इमीग्रेशन की नॉलेज इमीग्रेशन का एक्सपीरियंस बहुत घट लोगों को है हो सकता लाइसेंस बहुत लोगों को ने ये नाल नाल जिहड़े इदां दे लोग इमीग्रेशन के लाइसेंस लई बैठे जिन्हां दा अपना बेचारे का तजर्बा है नहीं मैं उन्होंने माड़ा नहीं कहता उन्होंने भी अपनी रोटी खानी है रुजगार करना पर वेरिएशन है कुछ लोग ने जिहड़े बड़े एक्सपर्ट ने कुछ ने जिहड़े अजे नवें ने जां उन्हां दा एक्सपीरियंस नहीं है। सो इहदे विच पोटेंशियल बहुत है। इहदे नाल एक बड़ी महत्वपूर्ण चीज़ यह है कि बाहरले देशों तो जो लोग आते हैं बाहरों इमीग्रेशन कंसल्टेंट्स नूं कंसल्ट करते हैं खास तौर पर इंडिया दे विचों जो लोग आते हैं उदाहरण के तौर पर तो उतों के इमीग्रेशन कंसल्टेंट लोगों नूं सही रस्ते नहीं पाते गलत डॉक्यूमेंट ला देंगे ने गलत इनफॉर्मेशन प्रोवाइड कर देंगे ने उहदे नाल लोग विक्टिमाइज ने इन अदर वर्ड्स जिहड़े गोस्ट कंसल्टेंट ने इमीग्रेशन के वह लोगों नूं गाइड करन दी बजाय रादर मिसलीड करते हैं। इस चीज़ नूं रोकण दी वी जरूरत है। एक तो वैसे लुट मार लोग इदां दे तरीके नाल कर रहे हैं कि पैसे लेंदे ने प्रॉपर काम नहीं करते जां उहदे लई कॉम्पीटेंट नहीं है। सो साडा ये मुद्दा है कि असीं जे इमीग्रेशन का बिजनेस शुरू किया गुरमंत गरेवाल इमीग्रेशन रिसोर्स एथिकल एफिशेंट ते इफेक्टिव ये होना बड़ा जरूरी है। साडा यही मंतव है कि जदों इमीग्रेशन का काम कर रहे हैं तो लोगों नूं वधिया सर्विसिज़ प्रोवाइड करिए लोगों नूं सर्विसिज़ इस तरीके नाल दित्तियां जाण उन्हां नूं प्रॉपर इनफॉर्मेशन प्रॉपर गाइडेंस प्रॉपर कम्यूनीकेशन होवे उन्हां दे नाल ते प्रोफेशनल तरीके दे नाल उन्हां दीआं फाइल्स प्रेजेंट कीतियां जाण ते उन्हां ते नैचुरली असर भी वधिया हुंदा जदों तुसीं चमचा भर के इमीग्रेशन ऑफिसर दे मूँह च पाउंदे हो वधिया तरीके दे क्वालिटी दा तां नैचुरली रिजल्ट वधिया मिलदे ने। सो इस चीज़ दा मैनूं माण वी है ते मैं इस चीज़ नूं अगे इस प्रवृत्ति अगे तोरना भी चाहना कि वधिया तरीके दे नाल काम किया जाए कोई भी करता किसी तो भी काम करवाना तो कस्टमर सैटिस्फैक्शन कस्टमर सर्विस बहुत ज़्यादा इंपॉर्टेंट है फिर वो प्रोफेशनल सर्विसिज तो इफेक्टिव एफिशिएंट तो एथिकल तरीके दे नाल कीतियां जाण उन्हां दी कोई रीस नहीं। तो अज साडे चैनल दे उपर आ के साडे नाल इन्हां ने सारा अपना जिहड़ा तजर्बा है वह सांझा किया ते नाल दी नाल खुशी की गल ये भी आ कि साडे शहर एडमिंटन दे विच गुरमंत गरेवाल साहब जड़े आ वो अपना इमीग्रेशन का दफ्तर खोलन जा रहे हैं
बड़ी छेती इन्हों का कहना आ कि वह मीडिया राही थोड़े सारे रूबरू हो गए तो अपना इतने दफ्तर जोड़ा खुलन जा रहा वो बारे जानकारी देंगे। एक बार फिर गरेवाल साहब धन्यवाद साढ़े को आने बहुत बहुत धन्यवाद। मैं वतन टीवी का तुहाडे सारे स्टाफ का क्रू का भी धन्यवाद करदा कि तुसीं मैनूं ये मौका दिता ते लुकिंग फॉरवर्ड टू हैविंग मोर इंटरैक्शन तुहाडे नाल भी ते एडमिंटन के लोगों के नाल भी। अल्बर्टा दे विच भी असीं जिहड़े ऑफिस ने एडमिंटन तो शुरुआत करके इन्हां नूं एक्सपेंड करांगे ते अपनियां सेवा प्रदान करन दे लई असीं पूरी तरह वचनबद्ध हां। मैं ते मेरा स्टाफ तुसीं सानूं किसे टाइम भी दिते हुए नंबरों पर कॉन्टैक्ट कर सकते हो तो वैसे तो नंबर बड़े ईजी ने 604-591-0303 ऑफिस का नंबर है तो साडा ईमेल एड्रैस है info@ggimmigration.ca। सो तुहाडी सेवा दे लई असीं हाजिर हाँ, सेवा दे लई मौका दिओ। तुहाडा ते तुहाडे चैनल का बहुत धन्यवाद।